हाँ जी, सत श्रीकाल भाई जी, सारे नूं सो बहुत बहुत स्वागत है जी अज्ज दी नवी वीडियो दे विच। सो फाइनली तैयार हो गए जी, ते तुसी थंबनेल देख ही लिया। परचेज किया जी। सो आप दसांगे अज सारा भी जिहड़ा अपने आला नोवो है वह आप किन्ने दा दित्ता है, जिहड़ा नवां आपां नूं की रेट सिर पिया है ना जी। सो अगे अगे एडवांस हुण टैक्नोलॉजी आ रही ने, ते अगे अगे हैवी इंप्लीमेंट जिहड़े आ रहे ने लाइक सुपर सिटी, ते हैवी सारा अपडेटेड आ हुण, देख लो जिहड़ा कुछ भी हुण चल रहा है सारा कुछ ओहदे विच इंक्लूडेड आ विद न्यू फीचर, सारे फीचर आ गए हैं। शटल शिफ्ट दी खास करके शटल शिफ्ट है ना, ओह ट्रैक्टर पहला सी शटल शिफ्ट ते थोड़ा डरदे सी, प्लस इह शटल शिफ्ट भी है। सो हुण सानूं नोवो ने भी कोई ज्यादा घाटा नहीं दिखाया है, जिवें मतलब 2020 मॉडल सी साडे वाला बहुत ज्यादा सही चले गया, ਉਹ ਵੀ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਰੇਟ ਦੀ। ਹਲੇ ਵੀ ਅੱਜ ਨੂੰ ਵੱਧ ਖੜੇ ਹੋ 75 ਪੈਸੇ ਟਾਇਰ ਖੜੇ, 75 ਪੈਸੇ ਟਾਇਰ ਖੜੇ ਆ 75-80। ਸੋ ਜਿਹੜੇ ਚਲਦੇ ਪੁੱਤਰ, ਜਿਹੜੇ ਸੱਜਣ ਚੈਨਲ ਤੇ ਨਵੇਂ ਆਏ ਨੇ, ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ, ਤੇ ਬਾਕੀ ਜੁੜੇ ਰਿਹਾ ਅੱਜ ਵਾਲੇ ਬਲੌਗ ਦੇ ਵਿੱਚ। ਹੁਣ ਚੱਲਦੇ ਆਪਾਂ ਏਜੰਸੀ ਵਿੱਚ ਨੂੰ, ਡੈਡੀ ਉਹਨੇ ਟਰੈਕਟਰ ਲੈ ਕੇ ਚੱਲ ਗਏ, ਤੇ ਠੀਕ ਹੈ ਹੁਣ ਆਪਾਂ ਏਜੰਸੀ ਦੇ ਵਿੱਚ ਜਾ ਕੇ ਮਿਲਦੇ ਹਾਂ, ਤੇ ਦੋਨੋਂ ਦਿਖਾਉਂਦੇ ਆਪਾਂ ਟਰੈਕਟਰ ਦੇ, ਉਹਦੇ ਫੀਚਰ ਵੀ ਬਾਰੇ ਵੀ ਗੱਲ ਕਰਾਂਗੇ, ਤੇ ਆਪਾਂ ਉਹਦੀ ਕੀਮਤ ਬਾਰੇ ਵੀ ਗੱਲ ਕਰਾਂਗੇ। ਸੋ ਮਿਲਦੇ ਹਾਂ ਏਜੰਸੀ ਦੇ ਵਿੱਚ, ਆ ਜਾਓ ਫਿਰ। ਤੇ ਲਓ ਜੀ, ਪਹੁੰਚ ਗਏ ਸ੍ਰੀ ਫਤਿਹਗੜ੍ਹ ਸਾਹਿਬ, ਮਹਿੰਦਰਾ ਐਂਡ ਮਹਿੰਦਰਾ ਟਰੈਕਟਰ। ਸੋਨੀ ਭਾਈ ਪਹੁੰਚ ਗਿਆ ਫਿਰ, ਹੈ ਬੰਦਾ ਵਧੀਆ। ਸਤਿ ਸ਼੍ਰੀ ਅਕਾਲ ਭਾਈ ਜੀ, ਸਾਰਿਆਂ ਨੂੰ ਮੁਬਾਰਕਾਂ ਦੇ ਦਿਓ। ਮੁਬਾਰਕਾਂ ਜੀ ਸਾਰੇ ਵੀਰਾਂ, ਬਿਲਕੁਲ ਵੀ ਦੇਖ ਲਓ, ਡਿਊਟੀ ਛੱਡ ਕੇ ਪਹੁੰਚਿਆ ਆਪਣੀ। ਸੋ ਆਪਣੇ ਵਾਲਾ ਵੀ ਸੂਰਮਾ ਲਿਆ ਕੇ ਨਾਲੇ ਖੜਾ ਲਿਆ ਜੀ, ਉੱਚਾ ਤਾਂ ਇਹ ਵੀ ਉਨਾ ਹੀ ਲੱਗਦਾ ਹੈ ਨਾ, ਕੱਦ ਕਾਠ ਚ ਥੋੜਾ ਜਿਹਾ ਫਰਕ ਹੈ ਰੰਗ ਦਾ। ਫਿਰ ਆਹ ਚੜ੍ਹਾਈ ਪਰ ਖੜਾ ਦੇਖ, ਥੱਲੇ ਤੋਂ ਥੋੜੀ ਜਿਹੀ ਚੜ੍ਹਾਈ ਪਰ ਖੜਾ, ਤੇ ਆਹ ਖੜਾ ਜੀ ਆਪਣੇ ਵਾਲਾ, ਤੇ ਉੱਧਰ ਵੀ ਹੁਣ ਆਪਣੇ ਵਾਲੇ ਵੱਜਦੇ, ਆ ਜਾਓ। ਹਾਂਜੀ ਹਾਂ ਜ਼ਰੂਰ, ਤਾਂ ਹੀ ਤਾਂ ਸ਼ਾਮ ਨੂੰ ਆਏ ਹਾਂ ਅਸੀਂ, ਮੈਂ ਅੱਜ ਕਾਇਮ ਕਰਕੇ ਜਾਣਿਆ ਸਾਰੇ। ਉਹ ਸੁਣਾ ਵੀ ਠੀਕ ਠਾਕ ਜੀ, ਕੱਲ੍ਹ ਦਿਖੇ ਤੁਸੀਂ 2-3 ਦਿਨ ਗਏ ਵੇ ਕਿਤੇ, ਹਾਂ ਤਾਂ ਹੀ ਠੀਕ ਹੈ। ਸੋ ਆਹ ਖੜਾ ਜੀ ਆਪਣੇ ਵਾਲਾ ਨੋਵੋ 655, ਉੱਡਾ ਟਕਾਸਤੀ ਹਾਰ ਹੂਰ ਪਾਤੇ। ਰਾਤ 1:30 ਵਜੇ ਅੱਖ ਖੁੱਲ ਗਈ, ਬਸ ਆਹੀ ਦਿਖੀ ਜਾਵੇ ਵੀ ਚੱਲੀ ਹੁਣ ਚੱਲੀਏ ਰਹਿ ਵੀ ਕਰ ਸਵੇਰ ਚੜੂਗੀ। ਸੋ ਹੁਣ ਆਪਾਂ ਵੀਰ ਤੋਂ ਆਪਾਂ ਪੂਰੀ ਜਾਣਕਾਰੀ ਦਿੰਦੇ ਹਾਂ ਟਰੈਕਟਰ ਬਾਰੇ, ਨੋਵੋ 655 ਬਾਰੇ। ਆ ਜਾ ਫਿਰ ਛੱਡਦੇ ਫੁੱਲ ਫਲ, ਫਿਰ ਲਾਵਾਂਗੇ ਆਪਾਂ। ਸੋ ਮਿਲੋ ਇੱਧਰ ਹੀ, ਸਾਰੀ ਜਣੀ ਦੇਖ ਰੇਖ ਇਹਨਾਂ ਦੀ CRDA ਟਰੈਕਟਰਾਂ ਦੀ ਵੀਰ ਦੇ ਜਿਵੇਂ ਹੀ ਹੈ, ਜਿੰਨੇ ਵੀ ਛੋਟੇ ਮਾਡਲ ਤੋਂ ਲੈ ਕੇ ਬੜਿਆਂ ਦੀ ਹੈ। ਅਤੇ ਹੁਣ ਨਾ 655 ਬਾਰੇ ਅੱਜ ਸਾਰਾ ਦੱਸਦੇ, ਇਹਦੇ 'ਚ ਕਿੱਥੇ ਕਿੱਥੇ ਆਪਾਂ ਨੇ ਧੋਣ ਵੇਲੇ ਕੀ ਸਾਵਧਾਨੀ ਰੱਖਣੀ ਹੈ। ਧੋਣ ਵੇਲੇ ਵੀਰੇ ਜਦੋਂ ਆਪਾਂ ਧੋਨੇ ਹਾਂ, ਵਾਸ਼ ਕਰਨਾ ਤਾਂ ਪ੍ਰੈਸ਼ਰ ਨਹੀਂ ਮਾਰਨਾ, ਜਿਵੇਂ ਤੱਕ ਸਿੱਧਾ ਪ੍ਰੈਸ਼ਰ ਨਹੀਂ ਮਾਰਨਾ, ਧੋਣਾ ਘੱਟ ਕਰਕੇ ਪ੍ਰੈਸ਼ਰ ਜਿਵੇਂ ਮਰਜ਼ੀ ਮਾਰੋ, ਕੋਈ ਉਹ ਚੱਕਰ ਨਹੀਂ ਹੈਗਾ। ਠੀਕ ਹੈ, ਸੀਲੇ ਸਾਰੇ ਪਾਸੇ ਸੀਲ ਹੋ ਗਈ ਹੋਈ ਆ, ਆਪਣੀ ਜਿਹੜੀ ਬੈਰਿੰਗ ਆ ਉਹ ਵੀ ਸੀਲ ਆ ਸਾਰੀ। ਠੀਕ ਹੈ ਠੀਕ ਹੈ, ਫਿਊਜ਼ ਬਾਕਸ ਤੇ ਖੋਲ੍ਹ ਕੇ ਕਦੇ ਪਾਣੀ ਨਹੀਂ ਮਾਰਨਾ ਨਾ, ਉਹ ਤਾਂ ਚਲੋ ਆਪਣੇ ਦੂਏ ਨੂੰ ਵੀ ਹੈਗਾ ਤਾਂ ਫਿਊਜ਼ ਬਾਕਸ ਨੇ, ਇਹ ਜਿਹੜਾ ਆਪਣਾ ਹੈਗਾ ਇਹ ਹੈਡਲਾਈਟਾਂ ਵਗੈਰਾ ਹੋਰ ਜਿਹੜੇ ਆ ਲੱਗੇ ਹੋਏ ਆ ਲਾਈਨਾਂ ਨੂੰ, ਫਿਰ ਸੈਂਸਰਾਂ ਦਾ ਜਿਹੜੇ ਇੱਧਰਲੇ ਪਾਸੇ ਆ, ਇੱਧਰਲੇ ਪਾਸੇ ਆਪਣੇ ਜਿਹੜਾ ਫਿਊਜ਼ ਬਾਕਸ ਲੱਗਾ ਇਹ ਸਟਾਰਟਿੰਗ ਦਾ, ਜਿਵੇਂ ਹੁਣ ਫਰੰਟ ਬੇਟ ਹੈ ਅਸੈਸਰੀ ਜਿਹੜੀ ਇਹ ਲੱਗੀ ਲਗਾਈ ਹੁੰਦੀ ਹੈ, ਲੱਗੀ ਲਗਾਈ ਹੁੰਦੀ ਹੈ ਵੀਰੇ, ਜੇ ਆਪਾਂ ਨਾ ਵੀ ਲੈਣੀ ਹੋਵੇ, ਨਾ ਵੀ ਲੈਣੀ ਹੋਵੇ ਵੀਰੇ, ਫਿਰ ਉਹ ਅਲੱਗ ਤੋਂ ਹੋ ਜਾਂਦਾ। ਅੱਛਾ, ਉਹ ਲੱਗ, ਹਾਂ 19 ਪੈਸੇ ਘੱਟ ਦਿੰਦੇ ਆ, 19 ਪੈਸੇ ਘੱਟ ਦਿੰਦੇ ਆ, ਉਹ ਪਿੱਛੋਂ ਹੀ ਕੰਪਨੀ ਬਿਨਾਂ ਅਸੈਸਰੀ ਦੇ ਦੇ ਦਿੰਦੀ ਆ। ਠੀਕ ਹੈ,
ਇਹਦਾ ਬੀਟ ਆ ਪਹਿਲਾਂ ਜਿਹੜਾ ਸਿੰਗਲ ਨਟ ਵਾਲਾ ਹੁੰਦਾ ਤਾਂ ਸਲਿਪ ਚ ਪਾਸ ਲਾਇਆ ਫੀਚਰ ਸੀ ਜਿਹੜੇ ਹੁਣ ਟਰਬੋ ਲੱਗੀ ਹੋਈ ਆ ਬਾਕੀ ਜਿਹੜੇ ਨਾਰਮਲ ਆਉਂਦੇ ਟਰਬੋ ਉਹਦਾ ਸਿਰਫ ਸਿੰਪਲ ਆਉਂਦਾ ਹਵਾ ਖਿੱਚਣੀ ਤੇ ਕੱਢਣੀ ਜਿਹੜੀ ਇਹਦੇ ਵਾਲ ਲੱਗਿਆ ਹੋਇਆ ਜਦੋਂ ਵਾਲ ਮਤਲਬ ਇੰਜਣ ਨੂੰ ਜਿੰਨੀ ਕੁ ਹਵਾ ਚਾਹੀਦੀ ਆ ਇਹ ਉੱਨੀ ਕੁ ਦਿੰਦਾ ਨਹੀਂ ਇਹਦੇ ਵਾਲ ਖੁੱਲ ਜਾਂਦਾ ਉਹ ਜੈਕਟਰ ਰਾਹੀਂ ਬਾਹਰ ਆ ਜਾਂਦਾ ਸਾਡਾ ਸਾਰੇ ਸੈਟਲ ਸ਼ਿਫਟ ਹੈ ਹਾਂ ਉਹ ਦਿਖਾ ਦੇਣਾ ਵੀਰੇ ਇੱਧਰ ਇਹ ਕੋਮਰ ਏ ਲੱਗੀ ਹੋਈ ਹੈ ਨਾ ਡੀਜ਼ਲ ਪੰਪ ਲੱਗਾ ਇਹ ਲੱਗਾ ਇਹਨੂੰ ਹਾਈ ਪ੍ਰੈਸ਼ਰ ਪੰਪ ਕਹਿੰਦੇ ਆ ਜਿਹੜਾ ਪਹਿਲਾਂ ਹੁੰਦਾ ਤਾ ਬੌਸ ਦਾ ਪੰਪ ਉਹਦਾ ਟਾਈਮਿੰਗ ਨਾਲ ਵੀ ਹੁੰਦਾ ਤਾ ਇਹਦਾ ਟਾਈਮਿੰਗ ਨਾਲ ਕੋਈ ਚੱਕਰ ਨਹੀਂ ਸਿਰਫ ਰੇਸ ਰੂਸ ਦੱਸ ਰੇਸ ਰੂਸ ਵਧਾ ਘਟਾ ਸਕਦੇ ਨਹੀਂ ਵੀਰੇ ਇਹਦੀ ਰੇਸ ਅਜੇ ਮੋਡੀਫਿਕੇਸ਼ਨ ਕੋਈ ਨਹੀਂ ਆਈ ਕੰਪਨੀ ਵੱਲੋਂ ਜਦੋਂ ਆਊਗੀ ਮੋਡੀਫਿਕੇਸ਼ਨ ਹੋਊਗੀ ਉਹ ਅਪਡੇਟ ਕਰਨਗੇ ਜੇ ਮਤਲਬ ਵਧਾਉਣੀ ਪੈਂਦੀ ਵੀ ਹੈ ਹਾਂ ਕਿਵੇਂ ਵਧੂਗੀ ਵਧੂਗੀ ਵੀਰੇ ਆਪ ਸੀਪੀਯੂ ਲੱਗਾ ਹੋਇਆ ਲੈਪਟਾਪ ਨਾਲ ਹੋਊਗੀ ਇਹਦੀ ਚਾਰ ਸੌ ਘੰਟੇ ਬਾਅਦ ਅਲਾਰਮ ਦਊਗਾ ਸਰਵਿਸ ਤੇ ਹਰੇਕ ਸਰਵਿਸ ਤੇ ਪਹਿਲੀ 100 ਤੇ ਫਿਰ 400 ਇਹ ਚ ਹੁਣ ਸੈਂਸਰ ਕਿੰਨੇ ਕ ਸੈਂਸਰ ਵੀ ਤੇ 8 ਸੈਂਸਰ ਨੇ ਸਾਰੇ ਟੋਟਲ ਮੋਟੇ ਸਿਰਫ ਆਏ ਨਹੀਂ ਹੈ ਵੀ ਆਪਣਾ ਜਿਵੇਂ ਕਹਿ ਜੀਓ ਗੱਡੀਆਂ ਵਾਂ 40 50 ਸੈਂਸਰ ਲੱਗਿਆ 8 ਸੈਂਸਰ ਨੇ ਸਿਰਫ ਇਹਨੂੰ ਇੱਕ ਤਾਂ ਰੇਲ ਵਾ ਲੱਗਾ ਇੱਕ ਮੁਰੇ ਕਰੈਂਕ ਤੇ ਲੱਗਾ ਇੱਕ ਕੈਮ ਤੇ ਲੱਗਾ ਹਾਂ ਬਾਕੀ ਇਹ ਸੈਂਸਰ ਹੋ ਗਏ ਹਾਂ ਇਹਦੇ ਪਰ ਲੱਗਾ ਹੈ ਜਿਹੜੀ ਮਤਲਬ ਕਾਰ ਵਾਲੀ ਉਹ ਸਾਰੀ ਹਾਂ ਕਾਰ ਵਾਲੀ ਹਾਂ ਸਟਾਪ ਆਪਾਂ ਜਿੱਦਾਂ ਜ਼ਿਆਦਾ ਹੁੰਦਾ ਇਹਦੇ ਵਿੱਚ ਸਿਰਫ ਇੰਜਨ ਨੂੰ ਸੈਂਸਰ ਹੈ ਕੱਦੂ ਗੁੱਦੂ ਚ ਕੋਈ ਪ੍ਰੋਬਲਮ ਮਰਜੀ ਜੇ ਮਰਜੀ ਚਲਾਓ ਕੋਈ ਚੱਕਰ ਨਹੀਂ ਹੈਗਾ ਕੋਈ ਚੱਕਰ ਨਹੀਂ ਹੈਗਾ ਜਿਵੇਂ ਸ਼ਾਫਟ ਜੂਫਟ ਚ ਥੱਲੇ ਕੋਈ ਗਾਰਾ ਗੂਰੇ ਵਾਲੇ ਤਾਂ ਨਹੀਂ ਸਿਸਟਮ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਬਤੌਣ ਲੱਗੇ ਮਾੜੇ ਜਿਹਾ ਦੇਖਣਾ ਆਪਾਂ ਵੀ ਸਿੱਧਾ ਨਾ ਆਏ ਪ੍ਰੈਸ਼ਰ ਨਹੀਂ ਮਾਰਨਾ ਸਿੱਧਾ ਪ੍ਰੈਸ਼ਰ ਨਹੀਂ ਮਾਰਨਾ ਹੈਗਾ ਜੇ ਹੁਣ ਪਲੱਗ ਜੋੜ ਆ ਜਿਉਂ ਆਪਾਂ ਇੱਥੇ ਪ੍ਰੈਸ਼ਰ ਨਹੀਂ ਮਾਰੀ ਇਹ ਤਾਂ ਸੇਮ ਚਲੀ ਜਾਂਦੀ ਪਲੱਗ ਠੀਕ ਹੈ ਉਹਦੇ ਨਾਲ ਕਰੰਟ ਅਟਕਣ ਲੱਗ ਜਾਂਦਾ ਤੇਲ ਤੁਲੂ ਨਹੀਂ ਪੈਂਦਾ ਕਿ ਵੱਧ ਘੱਟ ਪੈਂਦਾ ਇਹਦਾ ਤੇਲ ਇਹ ਸੇਮੇ ਤੇਲ ਤਾਂ ਇਹਨੇ ਪਹਿਲਾਂ ਹੀ 13 ਲੀਟਰ ਪੈਂਦਾ ਉਦੋਂ ਹੀ ਹਾਊਸ ਵੀ 13 ਪੈਂਦਾ ਹਾਂ ਜੀ 13 ਪੈਂਦਾ ਜਿਹੜਾ ਹੁਣ ਨਵਾਂ 605 ਆਇਆ ਸੀ ਯਾਰ ਜੀ ਉਹਦੇ ਵਿੱਚ 11 ਲੀਟਰ ਪੈਂਦਾ ਪਹਿਲਾਂ ਉਹ ਚ 10 ਪੈਂਦਾ ਤਾਂ ਠੀਕ ਹੈ ਇਹ ਹੁਣ ਮਤਲਬ ਇਹ ਤਾਂ ਉੱਪਰ ਵੀ ਵੇਰੀਐਂਟ ਹੈਗਾ ਕਿ ਹੁਣ ਬਸ ਟੌਪ ਮਾਡਲ 'ਚ ਇਹ ਟੌਪ ਮਾਡਲ 'ਚ ਵੀਰੇ ਇਹੀ ਹੁੰਦਾ ਜ਼ਿਆਦਾਤਰ ਆਪਣੇ 50 ਜਿਹੜੇ ਜਾਣੀ ਕਿ ਆਪਣੇ ਇੰਡੀਆ ਲੈਵਲ 'ਤੇ ਚੱਲ ਰਹੇ ਆ 755 ਦਾ ਬਾਕੀ ਤਾਂ ਫਿਰ ਜਿਹੜੇ ਬਾਹਰ ਐਕਸਪੋਰਟ ਹੁੰਦੇ ਆ ਉਹ ਨੇ ਬੜੇ ਮਾਡਲ ਇਹ ਆਪਾਂ ਨੇ ਜੀ ਕੋਰ ਡੀਜੀ ਸੈਂਸ ਨਹੀਂ ਲਿਆ ਹੈਗਾ ਆਪਾਂ ਨੇ ਉਹਦਾ ਫਾਇਦਾ ਨਹੀਂ ਉਹਦਾ ਤਾਂ ਵੀਰੇ ਫਾਲਤੂ ਵਿੱਚ ਖਰਚੇ ਐਡ ਹੁੰਦਾ ਮੰਨੋ ਕਿਵੇਂ ਕਹੇ ਡਰਾਈਵਰ ਨੂੰ ਦੇਣਾ ਤੁਸੀਂ ਉਹਦਾ ਤਾਂ ਆਏ ਵੀ ਪਤਾ ਲੱਗਦਾ ਰਹੇ ਵੀ ਡਰਾਈਵਰ ਕਿਵੇਂ ਚਲਾਉਂਦਾ ਹੈ ਤਾਂ ਵਰਤੇ ਡੀਜੀ ਸੈਂਸ ਨਾ ਮੈਂ ਨਹੀਂ ਦੂਰੇ ਪਤਾ ਹੀ ਨਹੀਂ ਹੈਗਾ ਲੈਣਾ ਜਦੋਂ ਡਰਾਈਵਰ ਹੱਥ ਦੇਣਾ ਨਾ ਫਿਰ ਆਪਾਂ ਨੂੰ ਪਤਾ ਰਹਿੰਦਾ ਵੀ ਡਰਾਈਵਰ ਕਿੱਥੇ ਚਲਾ ਰਿਹਾ ਵੀ ਕਿਹੜਾ ਡੀਜ਼ਲ ਖਾ ਗਿਆ ਕਿਵੇਂ ਕਲੱਚ ਤੇ ਸਹੀ ਪੈਰ ਰੱਖਦੇ ਨਹੀਂ ਉਹ ਹੁੰਦਾ ਇਹਦਾ ਤੁਸੀਂ ਆਪ ਚਲਾਉਣਾ ਇਹਦੇ ਪਤਾ ਲੋੜ ਨਹੀਂ ਪੈਂਦੀ ਬਿਲਕੁਲ ਜ਼ਿਆਦਾ ਤਾਂ ਉਹੀ ਹੁੰਦਾ ਇੱਕ ਵਾਰ ਉੱਪਰੋਂ ਮੀਟਰ ਦਿਖਾ ਦਿਓ ਜਦੋਂ ਵੀ ਵੀਰੇ ਔਨ ਕਰਨਾ ਨਾ ਆਪਾਂ ਜਦੋਂ ਚਾਬੀ ਵਾਪਸ ਆ ਗਈ ਔਨ ਕਰੇ ਤੇ ਉਦੋਂ ਸੈਲਫ ਮਾਰਨੀ ਆ ਪਹਿਲਾਂ ਸੈਲਫ ਨਹੀਂ ਮਾਰਨੀ ਵੀ ਨਾਲ ਆ ਚਾਬੀ ਆ ਆਹੋ ਹੋ ਗਈ ਤੇ ਹੁਣ ਚਾਬੀ ਔਨ ਹੋ ਗਈ ਨਾ ਇੱਕ ਵਾਰ ਚਾਬੀ ਔਨ ਹੁਣ ਵਾਪਸ ਆ ਗਈ ਨਾ ਹੋ ਜਾ ਤੇ ਭਾਈ ਆ ਵੀ ਦੱਸ ਦੋ ਇਹਦੇ ਜਿਹੜੇ ਇਹ ਨਾ ਇਹ ਹੈ ਡੀਜ਼ਲ ਸੇਵਰ ਨੋਰਮਲ ਤੇ ਪਾਵਰ ਡੀਜ਼ਲ ਸੇਵਰ ਦਾ ਕੀ ਕੰਮ ਹੈ ਨੋਰਮਲ ਦਾ ਕੀ ਕੰਮ ਹੈ ਡੀਜ਼ਲ ਸੇਵਰ ਦਾ ਵੀਰੇ ਜਿਵੇਂ ਆਪਾਂ ਖਾਲੀ ਟਰਾਲੀ ਲੈ ਕੇ ਜਾ ਰਹੇ ਆ ਜਾਂ ਟਰੈਕਟਰ ਲੈ ਕੇ ਜਾ ਰਹੇ ਆ ਕਿਤੋਂ ਖੇਤ ਤੋਂ ਦੂਰ ਜਾਂ ਕਦੇ ਆਪਾਂ ਹੋਰ ਪਾਸੇ ਤਾਂ ਆਪਾਂ ਡੀਜ਼ਲ ਸੇਵਿੰਗ ਤੇ ਲਾ ਲਾਂਗੇ ਡੀਜ਼ਲ ਸੇਵਿੰਗ ਤੇ ਆਪਣਾ ਜਿਵੇਂ 65 ਪਾਵਰ ਦਾ ਹੈ ਤੇ ਇੱਥੇ 45 ਪਾਵਰ ਕੰਮ ਕਰੂਗਾ ਅੱਛਾ ਜੀ 45 ਪਾਵਰ ਜਦੋਂ ਨੋਰਮਲ ਤੇ ਆ ਜਾਊਗਾ ਉਦੋਂ 55 ਕੰਮ ਕਰੂਗੀ ਪਾਵਰ ਜਦੋਂ ਫੁੱਲ ਪਾਵਰ ਤੇ ਕਰੂਗੇ ਤਾਂ ਉਦੋਂ ਫਿਰ 65 ਪਾਵਰ ਕਰਦਾ ਆਪਣੀ ਪੂਰੀ ਇਹ ਜੀ ਆ ਬਾਕੀ ਮੀਟਰ ਸਾਰਾ ਡਿਜੀਟਲ ਹੈ ਤਾਂ ਹਾਂ ਮੀਟਰ ਡਿਜੀਟਲ ਹੈ ਵੀਰੇ ਜਿਹੜਾ ਲਿਖਿਆ 1994 ਤੇ ਆਪਣੇ ਵੀਡੀਓ ਦੇ ਉੱਤੇ ਆਰਪੀਐਮ 540 ਪੂਰੇ ਕਰਦਾ ਆਪਣਾ ਅੱਛਾ ਜੀ 1994 ਦੇ ਜਾਨੀ ਜਿਵੇਂ ਪਹਿਲਾਂ ਇੱਥੇ ਕੀ ਹੁੰਦਾ ਰਹਾ ਇੱਥੇ ਨਿਸ਼ਾਨ ਲਾਇਆ ਹੁੰਦਾ ਰਹਾ ਪੀਲੇ ਰੰਗ ਦਾ ਹੁਣ ਉਹ ਨਹੀਂ ਕਰਿਆ ਕੰਪਨੀ ਨੇ ਪੱਕਾ ਫਿਕਸ ਲਿਖ ਕੇ ਲਾਤਾ ਵੀਡੀਓ ਦਾ ਆ ਕੇ ਬਾਕੀ ਆਹ ਫੀਚਰ ਨੇ ਜਿਹੜੇ ਆਹ ਵੀਡੀਓ ਦਾ ਜਦੋਂ ਕਲੱਚ ਲਾਉਂਗੇ ਉਹਦੀ ਉਦੋਂ ਚੱਲੂਗਾ ਆਹ 4x4 ਗੇਅਰ ਵਾਲਾ
ਆ ਜਦੋਂ ਆਪਣੇ ਮੰਨ ਲਓ ਡੀਜ਼ਲ 'ਚ ਪਾਣੀ ਆ ਗਿਆ ਤਾਂ ਉਦੋਂ ਦਿਖਾਊਗਾ ਜੇ ਕਲੱਚ ਜਦੋਂ ਕਲੱਚ ਨੂੰ 10 ਸਕਿੰਟ ਪੈਰ ਰੱਖਾਂਗੇ ਉਦੋਂ ਬਲਿੰਕ ਕਰੂਗਾ ਇਹ ਜਦੋਂ ਕੋਈ ਇੰਜਣ 'ਚ ਪ੍ਰੋਬਲਮ ਆ ਕੋਈ ਫਲਟ ਆਊਗਾ ਸੈਂਸਰ 'ਤੇ ਤਾਂ ਚੈੱਕ ਦਾ ਨਿਸ਼ਾਨ ਦਿਖਾਊਗਾ ਉਹ ਜਦੋਂ ਉੱਪਰ ਵਾਲਾ ਅਗਲਾ ਉਹਦੋਂ ਅਗਲਾ ਹੈਗਾ ਸਰਵਿਸ ਦਾ ਜਦੋਂ ਵੀ ਸਰਵਿਸ ਹੋਊਗੀ ਇਹਦੀ ਤਾਂ ਆਪਾਂ ਨੂੰ ਨੋਟ ਕਰਨ ਦੀ ਲੋੜ ਨਹੀਂ ਆਟੋਮੈਟਿਕ ਅਲਾਰਮ ਦਊਗਾ ਚਾਬੀ ਨਾਲ ਸੈਟਿੰਗ ਵਾਲਾ ਇੱਕ ਜਿਹੜਾ ਨਿਊਟਰਲ ਦਾ ਇਹ ਆਪਣਾ ਫੈਂਡ ਬ੍ਰੇਕ ਵਾਲਾ ਇਹ ਬੈਟਰੀ ਵਾਲਾ ਇਹ ਆਪਣਾ ਇੰਡੀਕੇਟਰ ਇਹ ਆਲ ਪ੍ਰੈਸ਼ਰ ਦਾ ਜਦੋਂ ਸਟੈਟਰ ਸਟਾਰਟ ਹੋ ਗਿਆ ਉਦੋਂ ਬੰਦ ਹੋ ਜਾਣਾ ਠੀਕ ਹੈ ਆਹ ਟੈਂਪਰੇਚਰ ਦਾ ਜਦੋਂ ਹਾਈ ਹੋ ਗਿਆ ਟੈਂਪਰੇਚਰ ਇਹ ਉਦੋਂ ਦਿਖਾਊਗਾ ਨਹੀਂ ਇਹ ਚੱਲਦਾ ਨਹੀਂ ਆਪਣਾ ਏਅਰ ਕਲੀਨਰ ਵਾਲਾ ਗਾਹਾਂ ਇਹ ਗਾਹਾਂ ਜਿਹੜਾ ਆਉਂਦਾ ਇਹ ਆਪਣਾ ਉਹਦਾ ਜਿਹੜਾ ਈਜ਼ੀਅਰ ਲੱਗਿਆ ਹੋਇਆ ਈਜ਼ੀਅਰ ਬਲਬ ਦਾ ਜਦੋਂ ਆਹ ਥੱਲੇ ਵਾਲਾ ਜਦੋਂ ਕੋਈ ਈਜ਼ੀਅਰ 'ਚ ਪ੍ਰੋਬਲਮ ਆਉਂਦੀ ਆ ਇਹ ਉਦੋਂ ਚੱਲਦਾ ਇਹ ਕਰਾਇਆ ਹੋਣਾ ਆਹ ਫਰੰਟ ਪੀਜੇ ਦਾ ਇਹ ਆਪਣਾ ਇਹਦੇ ਵਿੱਚ ਨਹੀਂ ਹੈਗਾ ਵੀਡੀਓ ਵਾਲਾ ਰਿਵਰਸ ਫਾਰਵਰਡ ਕੇ 4x4 ਗੇਅਰ ਵਾਲਾ ਥੱਲੇ ਆ ਸਿੱਧੇ ਸਿੱਧੇ ਥੱਲੇ ਹੀ ਆ ਕੇ ਤੇਰਾ ਆ ਗਿਆ 4x4 ਆ ਜਦੋਂ ਗੇਅਰ ਲਾਵਾਂਗੇ ਤਾਂ ਉਹਨੇ ਨਿਸ਼ਾਨ ਦਿਖਾਊਗਾ ਜਦੋਂ ਗੇਅਰ ਲਾਵਾਂਗੇ ਨਾ ਇੱਥੇ ਨਿਸ਼ਾਨ ਆ ਗਿਆ ਉਹ ਆ ਗਿਆ ਉਧਰ ਨਿਸ਼ਾਨ ਆ ਗਿਆ ਉੱਪਰ 4x4 ਗੇਅਰ ਲੱਗਿਆ ਪਲਟਾਵੇ ਲੀਜ਼ਰ ਕਰਾ ਆਪਣੇ ਉਹ ਹੋ ਗਿਆ ਹਾਈਡ੍ਰੋਲਿਕ ਤਵੀਆਂ ਨੂੰ ਇਹ ਉਹਨਾਂ ਨੂੰ ਚੱਲਦਾ ਪਿੱਛੋਂ ਬੰਦ ਕਰਤਾ ਸੀਲ ਸੀਲ ਹੋ ਗਿਆ ਕੱਦੂ ਵਗੈਰਾ ਚ ਵਾੜਾ ਜਾਂ ਮਿੱਟੀ ਚ ਤਾਂ ਆਪਣੇ ਸਿੱਟੇ ਨਹੀਂ ਆਉਂਦੇ ਡਰਾਈਵਰ ਬੰਦੇ ਨੂੰ ਉਹ ਵੀ ਕੋਈ ਚੀਜ਼ ਅੰਦਰ ਗਿਰੇ ਦਾ ਹੁੰਦੇ ਫੋਮ ਫੋਮ ਵਗੈਰਾ ਗਿਰਦਾ ਕੁਝ ਵੀ ਗਿਰਦਾ ਬਟੂ ਬਟੂ ਤਾਂ ਉੱਪਰੇ ਰਹੂਗਾ ਥੱਲੇ ਨਹੀਂ ਆਊਗਾ ਟਰੈਕਟਰ ਪਿੱਛੇ ਦੇ ਲੋਕਾਂ ਹਾਈ ਦੀ ਟੂਲ ਬਾਕਸ ਦੇ ਪਿੱਛੇ ਆ ਗਿਆ ਹਾਂ ਇਹ ਟੂਲ ਬਾਕਸ ਨਹੀਂ ਹੈਗਾ ਵੀਰੇ ਇਹ ਮੈਂ ਆਪਣਾ ਫੋਨ ਵਗੈਰਾ ਰੱਖਣ ਨੂੰ ਪਾਣੀ ਦੀ ਬੋਤਲ ਕੁਝ ਵੀ ਆਦੇ ਉਧਰ ਟੂਲ ਬਾਕਸ ਮੋਰੇ ਲੱਗਿਆ ਹੋਇਆ ਟੂਲ ਬਾਕਸ ਵੀ ਮੋਰੇ ਹੈਗਾ ਆ ਟੂਲ ਬਾਕਸ ਇੱਧਰ ਰਿਹਾ ਭਾਈ ਸਾਰਾ ਸਮਾਨ ਨਾਲ ਆ ਭਾਈ ਮੈਂ ਦੋ ਦਿੱਤੇ ਜਾਣਾ ਕੁਝ ਵੀ ਸਮਾਨ ਕੈਰੀ ਕਰਦੇ ਆਪਾਂ ਐਕਸਟਰਾ ਕੈਰੀ ਕਰਨਾ ਉਹ ਕਰ ਸਕਦੇ ਹਾਂ ਅਤੇ ਇਹ ਹੋ ਗਿਆ ਆਪਣਾ ਲਾਈਟਾਂ ਵਾਸਤੇ ਲੈਟਰ ਲੁਕਾ ਵਾਸਤੇ ਹੋ ਗਿਆ ਨੰਬਰ ਪਲੇਟ ਲਾ ਕੇ ਲਾਈਟ ਬਲ ਜਾਣੀ ਭਾਈ ਚਾਨਣ ਵਾਸਤੇ ਬਾਕੀ ਹੋਰ ਇੱਧਰ ਲਾਉਣਾ ਇੱਧਰ ਵੀ ਲੱਗ ਜਾਂਦੀ ਹੈ ਜਦੋਂ ਆਪਾਂ ਅੰਦਰ ਨੂੰ ਕਟਾਈ ਕਰਾਂਗੇ ਉਸ ਵਿੱਚ ਟਾਇਰ ਜਦੋਂ ਬਾਹਰ ਨੂੰ ਮੋੜਾਂਗੇ ਤਾਂ ਟਾਇਰ ਨਾਲ ਬਾਹਰ ਆਉਂਦਾ ਨਹੀਂ ਇਹ 'ਚ ਨਹੀਂ ਆਏ ਜੀ ਸਾਹਿਬ ਸਾਊਂਡ ਨਹੀਂ ਉਹ ਸਿੰਪਲ ਮਾਡਲ 'ਚ ਆਉਂਦਾ ਇਹਦੇ ਵਿੱਚ ਨਹੀਂ ਆਉਂਦਾ ਸੀ ਆਰ ਟੀ 'ਚ ਨਹੀਂ ਆਇਆ ਬਾਕੀ ਹੁਣ ਪਤਾ ਨਹੀਂ ਆ ਜਾਓ ਪੁੱਛੀਏ ਫੀਲਿੰਗ ਕਿਵੇਂ ਆਉਂਦੀ ਹਾਂਜੀ ਹਾਂਜੀ ਕਿਵੇਂ ਆ ਆਉਂਦਾ ਨੀ ਯਾਰ ਬਹੁਤ ਵਧੀਆ ਫੀਲ ਯਾਰ ਬਾਕੀ ਹੁਣ ਦੇਖਾਂਗੇ ਜਾਂਦੀ ਸਰ ਅੱਜ ਹੁਣ ਕਿੱਦਣ ਚਲਾ ਕੇ ਦੇਖਣਾ ਫਿਰ ਇਹਨੂੰ ਹਲਾ ਹੋਣਾ ਕਵੀਆਂ ਦੇ ਦੇਖਦੇ ਚਲਾ ਕੇ ਜਾ ਕੇ ਪਾ ਲਓ ਨਹੀਂ ਖੇਤ ਨਹੀਂ ਕਣਕੇ ਪਾ ਦਿੰਦੇ ਚੌ ਚੌ ਚ ਹੈ
ਹੈਗਾ ਖਾਲੀ ਇੱਕ ਦੇਖਿਆ ਜਿੰਦੇ ਨੂੰ ਪੁੱਛ ਰਹੇ ਨੇ ਕਣਕ ਘੱਟ ਜੰਮੀ ਜੀ ਵੀ ਬਾਈ ਦੀ ਹੈ ਜਿਹੜੀ ਕਣਕ ਘੱਟ ਜੰਮੀ ਤੋਂ ਉਹਨੂੰ ਵਾਹੀਏ ਫੇਰ ਬੀਜਾਂਗੇ ਸੁਪਰ ਸੀਡਰ ਨਾਲ ਫੇਰ ਬੀਜਾਂਗੇ ਜਿਹੜੇ ਜਾਇ ਡੂੰਗੇ ਲੱਗ ਕੇ ਉਹਨੂੰ ਬਾਹਰ ਕੱਢਦੇ ਆ ਹੁਣ लो जी अपने वाला सुरमे दी भी हो गई बधाई आज के पिंड है भी अपना बड़िया झलिया सौधर आ गया जिधर बह भी असि मतलब माला झलिया के नाल ना सो सौदा हो गया जी अपने ट्रैक्टर का सानू भी यह गल की बड़ी खुशी है भी ट्रैक्टर अपने घर मांगे जा रहा परिवार से जा रहा जे कि माड़े बंदे सानू सारा देखना भी औखा हो जाता है कि नहीं हूँ चलो ए भी संभाल चीज जाऊगी गरंटी फुल है चीज की भी अपने वालों भी पूरा एन जिन्हें भी अपने ट्रैक्टर हूं तक कटाए पूरे गरंटी से कटाए हाँ बिल्कुल सो ए दे लो फोन तो ही सौदा हो गया जी ट्रैक्टर का सो अपने ट्रैक्टर का अज अगे भी मतलब हूँ सैकेंड ओनर च इन्हें अगे हूँ चल जाना ट्रैक्टर ने सो ये जा रहा रोपड़ जिला पै गया है ना रोपड़ जिला सो रोपड़ जिले से अपने वाला ट्रैक्टर जा रहा है ठीक है जी नाल दी नाल होई जा रहा काम है ना करती जांसी जी खाली हूँ फिर लिया दमे मॉडल हूँ हूँ तेईस लॉन्च करके फिर तुम आपा जहाँ खड़ा कर देना भी आ लेके जाओ है ठीक है ठीक है चलो ठीक है जी बाकी बहुत वधिया लग्या फील उन्होंने मिल के बहुत बहुत मुबारक है जी थानू ठीक है हाँ चंगा जी एक बार अंकल मिले जी अंदर ठीक है उपर देखना पैना ना इहदा हुड दा ध्यान रखियो तेल चो लैण दो पहला बस 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 चलो जी हाँ मुबारक है जी थोनू बहुत बहुत